ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਧੋਆ ਅਤੇ ਰੇਤ ਮਾਫੀਆ ਵੱਲੋਂ ਹਮਲਾ ਕਰਕੇ ਜ਼ਖਮੀ ਕੀਤੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਸਾਹਮਣੇ ਕੈਪਟਨ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ। ਰੋਸ ਮੁਜ਼ਾਹਰੇ ਮੌਕੇ ਵਰਕਰਾਂ ਨੇ ਕੈਪਟਨ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਮਨ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਕਾਲੀਆਂ ਤੋਂ ਬਾਅਦ ਕਾਂਗਰਸੀਆਂ ਨੇ ਰੇਤ ਦੀਆਂ ਖੱਡਾਂ ਤੇ ਕਬਜ਼ਾ ਕਰਕੇ ਗੈਰ ਤਰੀਕੇ ਨਾਲ ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰ ਅਤੇ ਸਰਕਾਰੀ ਤੰਤਰ ਦੀ ਸ਼ਹਿ ਪ੍ਰਾਪਤ ਰੇਤ ਮਾਫੀਆ ਇਸ ਮਾਮਲੇ ਤੇ ਆਵਾਜ਼ ਚੁੱਕਣ ਵਾਲਿਆਂ ਨੂੰ ਸਰੇਆਮ ਮਾਰਕੁੱਟ ਕਰ ਰਿਹਾ ਹੈ। ਉਹਨਾਂ ਕਿਹਾ ਕਿ ਵਿਧਾਇਕ ਤੇ ਰੇਤ ਮਾਫੀਆ ਦਾ ਹਮਲਾ ਪੂਰੇ ਪੰਜਾਬ ਦੇ ਅਮਨ ਪਸੰਦ ਲੋਕਾਂ ਤੇ ਹਮਲਾ ਹੈ। ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀਆਂ ਹਰਕਤਾਂ ਨੂੰ ਤੇ ਵੀ ਬਰਦਾਸ਼ਤ ਨਹੀਂ ਕਰੇਗੀ। ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਨੇ ਵਿਧਾਇਕ ਸੰਧੋਆ ਤੇ ਹਮਲਾ ਕਰਨ ਵਾਲਿਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਤਾਂ ਪਾਰਟੀ ਵੱਡੇ ਪੱਧਰ ਤੇ ਸੰਘਰਸ਼ ਵਧੇਗੀ। ਅੱਜ ਦਾ ਜਿਹੜਾ ਪ੍ਰੋਟੈਸਟ ਸੀ ਇਹ ਕੱਲ੍ਹ ਸਾਡੇ ਆਮ ਆਦਮੀ ਪਾਰਟੀ ਦੇ ਰੋਪੜ ਤੋਂ MLA ਅਮਰਜੀਤ ਸਿੰਘ ਸੰਧੋਆ ਤੇ ਜਿੱਥੇ ਸੈਂਡ ਮਾਫੀਆ ਨੇ ਹਮਲਾ ਕੀਤਾ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਉਹਦੇ ਵਿਰੋਧ ਵਿੱਚ ਅਸੀਂ ਇਹ ਅੱਜ ਦਾ ਜਿਹੜਾ ਰੋਸ ਮੁਜ਼ਾਹਰਾ ਕੀਤਾ ਅਤੇ ਕੈਪਟਨ ਸਰਕਾਰ ਦੀ ਅਰਥੀ ਫੂਕੀ ਹੈ। ਇੱਦਾਂ ਦੇ ਜਿਹੜੇ ਗੁੰਡਿਆਂ ਅਨਸਰ ਨੇ ਅਗਰ ਜੇ ਸਰਕਾਰ ਨੇ ਇਹਨਾਂ ਨੂੰ ਨੱਥ ਨਾ ਪਾਈ ਤਾਂ ਆਉਣ ਵਾਲੇ ਟਾਈਮ 'ਚ ਜਿਹੜਾ ਆਮ ਆਦਮੀ ਪਾਰਟੀ ਵੱਡੇ ਪੱਧਰ 'ਤੇ ਸੰਘਰਸ਼ ਜਿਹੜਾ ਸ਼ੁਰੂ ਕਰੇਗੀ। ਸੋ ਅੱਜ ਅਸੀਂ ਸਾਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ 'ਤੇ ਪਾਰਟੀ ਲੀਡਰਸ਼ਿਪ ਦੇ ਹੁਕਮਾਂ 'ਤੇ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਅਤੇ ਜਗ੍ਹਾ ਜਗ੍ਹਾ ਜਿਹੜੇ ਕੈਪਟਨ ਸਰਕਾਰ ਦੇ ਅਰਥੀ ਫੂਕ ਰਹੇ ਹਾਂ ਕਿਉਂਕਿ ਸਾਡੇ ਵਿਧਾਇਕ ਅਮਰਜੀਤ ਸਿੰਘ ਸੰਧੋਆ ਜਿਹੜੇ ਕਿ ਰੋਪੜ ਤੋਂ ਵਿਧਾਇਕ ਨੇ ਉਹਨਾਂ 'ਤੇ ਕੱਲ੍ਹ ਸੈਂਡ ਮਾਫੀਆ ਨੇ ਬੁਰੀ ਤਰ੍ਹਾਂ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ, ਜਾਨਲੇਵਾ ਹਮਲਾ ਕੀਤਾ। ਕੱਲ੍ਹ ਸਾਡੇ ਜਿਹੜੇ ਰੋਪੜ ਤੋਂ ਵਿਧਾਇਕ ਆ ਅਮਰਜੀਤ ਸਿੰਘ ਸੰਧੋਆ ਉਹ ਜਿਹੜੀ ਨਜਾਇਜ਼ ਖੱਡਾਂ ਚੱਲਦੀਆਂ ਸੀ ਉੱਥੇ ਗਏ ਸੀ। ਉੱਥੇ ਕਾਂਗਰਸ ਦੇ ਜਿਹੜੇ ਮਤਲਬ ਗੁੰਡੇ ਆ ਇਹਨਾਂ ਨੇ ਗੁੰਡੇ ਪਾਲ ਰੱਖੇ ਆ, ਉਹਨਾਂ ਨੇ ਉਹਨਾਂ 'ਤੇ ਹਮਲਾ ਕਰਤਾ, ਉਹਨਾਂ ਦੀ ਪਗੜੀ ਉਤਾਰੀ ਗਈ, ਕੁੱਟਮਾਰ ਕੀਤੀ ਗਈ ਅਤੇ ਉਹ PGI ਦਾਖਲ ਹੈ ਉਹਨਾਂ ਦੇ। ਇੱਥੇ ਕੱਲ੍ਹ ਉਹਨਾਂ ਨੇ ਪੱਥਰ ਵੱਜਿਆ ਛਾਤੀ ਦੇ ਉੱਪਰ ਅਤੇ ਉਹ ਬਹੁਤ ਗੰਭੀਰ ਜ਼ਖਮੀ ਆ, ਉੱਥੇ ਦਾਖਲ ਹੈ। ਅਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਪਾਰਟੀ ਦੇ ਹੁਕਮ ਅਨੁਸਾਰ ਪ੍ਰੋਟੈਸਟ ਕਰ ਰਹੇ ਹਾਂ DC ਆਫਿਸ ਦੇ ਬਾਹਰ, ਹਰ ਪੰਜਾਬ 'ਚ ਹਰ ਜ਼ਿਲ੍ਹੇ ਦੇ ਅਸੀਂ ਜਿਹੜੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਦੇ, ਅਤੇ ਉਦੋਂ ਤੱਕ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਜਿਹੜੇ ਬੰਦੇ ਇਹਦੇ ਵਿੱਚ ਕੁਝ ਬੰਦਿਆਂ ਦੇ ਪਰਚਾ ਹੋ ਗਿਆ, ਕੁਝ ਇਨਵੋਲਵ ਹੈ, ਜਿੰਨਾ ਚਿਰ ਉਹਦੇ ਵਿੱਚ ਨਹੀਂ ਇਨਵੋਲਵ ਹੁੰਦੇ, ਜਿੰਨਾ ਚਿਰ ਉਹਨਾਂ ਨੂੰ ਸਜ਼ਾ ਨਹੀਂ ਮਿਲਦੀ, ਉਹਨਾਂ ਚਿਰ ਅਸੀਂ ਪੰਜਾਬ ਲੈਵਲ ਦਾ ਸੰਘਰਸ਼ ਜਾਰੀ ਰੱਖਾਂਗੇ।